ਨੂੰ ਬਚਾਉਣਾ ਹੈ ਤਾਂ 1.5 ਲੱਖ ਰੁਪਏ ਦੇ ਦਿਵੋ। ਮੋਬਾਈਲ ਫੋਨ ਦੇ ਉੱਤੇ ਇੱਕ ਅਜਿਹਾ ਫੋਨ ਆਉਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਦੀਆਂ ਤਾਹਾਂ ਨਿਕਲ ਜਾਂਦੀਆਂ ਨੇ। ਰੋਂਦਾ ਕੁਰਲਾਉਂਦਾ ਪਰਿਵਾਰ ਆਪਣੇ ਪੁੱਤ ਨੂੰ ਇੱਕ ਤੋਂ ਬਾਅਦ ਇੱਕ ਕਈ ਫੋਨ ਲਗਾਉਂਦਾ ਹੈ ਪਰ ਪੁੱਤ ਦਾ ਫੋਨ ਨਹੀਂ ਲੱਗਦਾ। ਅਚਾਨਕ ਉਹੀ ਪੁੱਤ ਜਦੋਂ ਘਰ ਵਾਪਸ ਆ ਜਾਂਦਾ ਹੈ ਤਾਂ ਸਾਰੀ ਗੇਮ ਦਾ ਪਤਾ ਲੱਗਦਾ ਹੈ ਕਿ ਕਿਵੇਂ ਇੱਕ ਅਨਨਾਊਨ ਨੰਬਰ ਦੇ ਉੱਤੋਂ ਫੋਨ ਕਾਲ ਦੇ ਰਾਹੀਂ ਕਿਵੇਂ ਪਰਿਵਾਰ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅਤੇ ਜੇਕਰ ਤੁਹਾਡੇ ਵੀ ਮੋਬਾਈਲ ਫੋਨ ਦੇ ਉੱਤੇ ਕਿਸੇ ਨਵੇਂ ਨੰਬਰ ਦੇ ਉੱਤੋਂ ਫੋਨ ਆਉਂਦਾ ਹੈ ਤਾਂ ਜ਼ਰਾ ਸਾਵਧਾਨ ਹੋ ਜਾਇਓ, ਕਿਉਂਕਿ ਜੋ ਇਸ ਪਰਿਵਾਰ ਦੇ ਨਾਲ ਹੋਇਆ ਉਹ ਕਿਤੇ ਤੁਹਾਡੇ ਨਾਲ ਨਾ ਵਾਪਰ ਜਾਏ। ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਜੋ ਹੈ ਨੰਗਲ ਤੋਂ ਸਾਹਮਣੇ ਆਇਆ, ਜਿੱਥੇ ਕਿ ਮੋਬਾਈਲ ਦੇ ਉੱਤੇ ਫੋਨ ਕਰਕੇ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਮੁੰਡੇ ਨੂੰ ਗੈਂਗਸਟਰਾਂ ਨੇ ਫੜ ਲਿਆ ਅਤੇ ਜੇਕਰ ਆਪਣੇ ਪੁੱਤ ਨੂੰ ਬਚਾਉਣਾ ਹੈ ਤਾਂ 1.5 ਲੱਖ ਰੁਪਏ ਦੇ ਦਿੱਤੇ ਜਾਣ। ਬਸ ਇੰਨੀ ਗੱਲ ਸੁਣਦੇ ਸਾਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ, ਪੁਲਿਸ ਨੂੰ ਬੁਲਾਇਆ ਜਾਂਦਾ ਹੈ। ਪਰ ਥੋੜ੍ਹੀ ਦੇਰ ਬਾਅਦ ਉਹੀ ਪੁੱਤ ਜੋ ਹੈ ਘਰ ਵਾਪਸ ਆ ਜਾਂਦਾ ਹੈ ਤਾਂ ਪੁਲਿਸ ਜਾਂਚ ਪੜਤਾਲ ਕਰਦੀ ਹੈ ਅਤੇ ਫਿਰ ਪਤਾ ਲੱਗਦਾ ਹੈ ਕਿ ਜਾਣ ਬੁੱਝ ਕੇ ਇਸ ਤਰ੍ਹਾਂ ਸੋਫਟਵੇਅਰ ਜਾਂ AI ਦੀ ਮਦਦ ਦੇ ਨਾਲ ਪਰਿਵਾਰ ਨੂੰ ਮੂਰਖ ਬਣਾਇਆ ਜਾ ਰਿਹਾ ਸੀ। ਇੱਥੋਂ ਤੱਕ ਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਕਦਰ ਆਪਣਾ ਦਿਮਾਗ ਵਰਤਿਆ ਗਿਆ ਕਿ ਜਿਸ ਨਵੇਂ ਨੰਬਰ ਦੇ ਉੱਤੇ ਪਰਿਵਾਰ ਨੂੰ ਫੋਨ ਕੀਤਾ ਜਾਂਦਾ ਹੈ ਉਸੇ ਨਵੇਂ ਨੰਬਰ ਦੇ ਰਾਹੀਂ ਮੁੰਡੇ ਦੀ ਆਵਾਜ਼ ਤੱਕ ਵੀ ਕੱਢੀ ਜਾਂਦੀ ਹੈ, ਜਿਸ ਤੋਂ ਬਾਅਦ ਮਾਂ ਰੋ ਰੋ ਕੇ ਵਿਰਲਾਪ ਕਰਦੀ ਹੈ ਕਿ ਮੇਰਾ ਪੁੱਤ ਵਾਪਿਸ ਆ ਜਾਏ। ਹਾਲਾਂਕਿ ਅਸਲ ਦੇ ਵਿੱਚ ਉਸ ਦਾ ਪੁੱਤ ਕਿਤੇ ਗਿਆ ਹੋਇਆ ਸੀ, ਅਚਾਨਕ ਉਹ ਵਾਪਿਸ ਆ ਗਿਆ ਤਾਂ ਪਰਿਵਾਰ ਨੂੰ ਸੁੱਖ ਦਾ ਸਾਹ ਆਇਆ। ਆਖਿਰਕਾਰ ਕਿਵੇਂ ਇਹ ਸਾਰਾ ਕੁਛ ਘਟਨਾਕ੍ਰਮ ਵਾਪਰਿਆ ਪਰਿਵਾਰਿਕ ਮੈਂਬਰਾਂ ਦੀ ਜ਼ੁਬਾਨੀ ਤੁਹਾਨੂੰ ਸੁਣਾਉਂਦੇ ਹਾਂ। ਮੁੰਡੇ ਨਾਲ ਕਹਿੰਦਾ ਜਾਂਦਾ ਪਿਆ ਸੀ, ਤੁਹਾਡਾ ਮੁੰਡਾ ਉਹ ਤਾਂ ਸ਼ਰੀਫ ਹੈ, ਅਸੀਂ ਸ਼ਰੀਫ ਕਿਤੇ ਛੱਡਦੇ ਰਹੇ, ਆਪਣਾ 1.5 ਲੱਖ ਦਾ ਇੰਤਜ਼ਾਮ ਕਰ ਲਓ, ਨਹੀਂ ਤਾਂ ਉਹਨੂੰ 10 ਸਾਲ ਦੀ ਕੈਦ ਹੋਏਗੀ। ਹਾਂਜੀ, ਕਿੱਥੋਂ ਫੋਨ ਆ ਰਿਹਾ ਸੀ? ਇਹ ਫੋਨ ਤੋਂ ਆਇਆ ਸਾਧੂ। ਅੱਛਾ, ਹਾਂਜੀ ਹਾਂਜੀ। ਫਿਰ ਤੁਸੀਂ ਉਹਨਾਂ ਨੂੰ ਕੀ ਕਿਹਾ? ਮੈਂ ਕਿਹਾ ਸਾਡੇ ਕੋਲ ਤਾਂ ਇੰਨਾ ਪੈ ਗਿਆ, ਆਜ਼ਾਦੀ ਕੀ ਜਾ ਪਹਿਲਾਂ ਮੰਮੀ ਕੋ ਜਾ, ਉਹਦਾ ਹਾਲ ਖਰਾਬ ਹੋ ਗਿਆ। ਤੇ ਕਿਹਾ ਕਿ ਇੱਕ ਵਾਰ ਫਿਰ ਦੱਸੋ ਕਿਆ ਕਿਹਾ ਉਹਨਾਂ ਨੇ? ਉਹ ਕਹਿੰਦੇ ਸਾਨੂੰ 1.5 ਲੱਖ ਦਿਓ, ਨਹੀਂ ਤਾਂ 10 ਸਾਲ ਦੀ ਕੈਦ ਹੋ ਰਹੀ ਹੈ। ਤੂੰ ਕਾਹਤੇ ਹੋਏ ਨਹੀਂ, ਕਿਆ ਕਾਰਨ ਦੱਸਿਆ? ਇਹ ਕ੍ਰਿਮੀਨਲ ਮੁੰਡੇ ਨਾਲ ਸੀ ਇਹ। ਅੱਛਾ, ਹਾਂਜੀ ਹਾਂਜੀ। ਸਾਨੀ ਸਾਹਿਬ ਦੱਸੋ, ਰਾਜਨ ਜੀ, ਕੀ ਮਾਮਲਾ ਤੁਹਾਡੇ ਸਾਹਮਣੇ ਆਇਆ, ਤੁਹਾਡਾ ਬਾਰਡ ਹੈ? ਮਾਮਲਾ ਸਰ ਚੋਪੜਾ ਸਾਹਿਬ ਇੱਦਾਂ ਹੈ ਕਿ ਇੱਕ ਇਹ ਮਾਮਲਾ ਪਹਿਲੇ ਵੀ ਹੋਇਆ, ਥੋੜ੍ਹੇ ਦਿਨ ਪਹਿਲੇ ਸਾਡੇ ਵਾਰਡ ਦੇ ਵਿੱਚ ਵੀ ਹੋਇਆ ਸੀ, ਡਾਕਟਰ ਗੁਲਾਟੀ ਜੀ ਦਾ। ਸੇਮ ਇੱਦਾਂ ਹੀ ਉਹਨਾਂ ਨੂੰ ਕਾਲ ਆਈ ਸੀਗੀ, ਉਹ ਮੇਰੇ ਕੋਲ ਆਏ ਸੀਗੇ ਵੀ ਇੱਦਾਂ ਦਾ ਇੱਕ ਮੈਨੂੰ ਕਾਲ ਆਈ ਹੈ। ਉਹ ਪੈਸੇ ਪਾਉਣ ਲੱਗੇ ਸੀਗੇ, ਉਹਨਾਂ ਦਾ ਕੁਦਰਤੀ ਆ ਗਿਆ ਵੀ ਚਲੋ ਅਸੀਂ ਮਿਲ ਲੈਂਦੇ ਰਾਜਨ ਜੀ ਨੂੰ। ਮੇਰੇ ਕੋਲ ਮਿਲੇ, ਮੈਂ ਕਿਹਾ ਤੁਸੀਂ ਪੈਸੇ ਨਹੀਂ ਪਾਉਣੇ, ਆਪਾਂ ਤੁਰੰਤ ਇਹਦਾ ਕੋਈ ਹੱਲ ਕਰਦੇ ਹਾਂ। ਉਸ ਵੇਲੇ ਅਸੀਂ ਤੁਰੰਤ ਗਏ ਹੈ SHO ਸਾਹਿਬ ਕੋਲ ਗਏ ਹੈ, ਮੁੰਡੇ ਦਾ ਨੰਬਰ ਨਹੀਂ ਲੱਗ ਰਿਹਾ ਸੀਗਾ। ਇੱਦਾਂ ਹੀ ਕੋਲ ਆਈ ਹੈ ਵੀ ਜੀ ਤੁਹਾਡਾ ਮੁੰਡਾ ਰਸਤੇ ਜਾ ਰਿਹਾ, ਕਿਹਨੂੰ ਲਿਫਟ ਦਿੱਤੀ ਹੈ, ਇਹਦੇ ਕੋਲ 52 ਹਥਿਆਰ ਹੋਏ ਹੈ, ਅਤੇ ਸਾਨੂੰ ਇਮੀਡੀਏਟਲੀ ਇੰਨੇ ਪੈਸੇ ਪਾ ਦਿਉ ਹੈ। ਅਤੇ ਇੱਕ ਵਾਰ ਆਏ ਵੀ SHO ਸਾਹਿਬ ਕੋਲ ਗਏ, ਸਾਨੂੰ SHO ਸਾਹਿਬ ਨੇ ਉਸ ਵੇਲੇ ਵੀ ਬੜੀ ਸਾਡੀ ਮਦਦ ਕੀਤੀ, ਵਿਦਨ 10-20 ਮਿੰਟ 'ਚ ਹੀ ਉਹਨਾਂ ਨੇ ਕਾਲ ਕੀਤੀ, ਨੀਅਰ ਐਂਡ ਡੀਅਰ ਹੋਸਪਿਟਲ 'ਚ ਵੀ ਕੀਤੀ। ਜਦੋਂ ਹੋਸਪਿਟਲ ਲਈ ਕਾਲ ਕੀਤੀ ਤਾਂ ਮੁੰਡਾ ਉੱਤੇ ਆਪਣੇ ਆਪਰੇਸ਼ਨ ਥੀਏਟਰ ਦੇ ਵਿੱਚ ਸੀਗਾ। ਅਤੇ ਮੈਂ ਤਾਂ ਸਾਰਿਆਂ ਨੂੰ ਇਹ ਅਪੀਲ ਕਰਦਾ, ਅੱਜ ਵੀ ਇਹੀ ਫੋਨ ਆਇਆ ਇਹਨਾਂ ਦਾ, ਅੱਜ ਵੀ ਇਹੀ ਸੇਮ ਇਹਨਾਂ ਨੇ ਮੈਨੂੰ ਦੱਸਿਆ। ਮੈਨੂੰ ਇੱਕ ਲੜਕਾ ਨਾਲ ਹੀ ਮੈਡੀਕਲ ਦਾ ਕੰਮ ਕਰਦਾ ਵੀ ਭਾਜੀ ਇੱਦਾਂ ਦਾ ਗੱਲਬਾਤ ਆ, ਮੁੰਡਾ ਕੌਂਸਲ 'ਚ ਲੱਗਿਆ ਵੀ ਨਹੀਂ, ਇੱਦਾਂ ਦਾ ਗੱਲਬਾਤ ਹੋਈ। ਮੈਂ ਕਿਹਾ ਤੁਸੀਂ ਪੈਸੇ ਨਾ ਪਾਓ, ਫਰੋਡ ਹੈ, ਕਿਉਂਕਿ ਇਹ 1-2 ਮਹੀਨੇ ਪਹਿਲੇ ਵੀ ਹੋਇਆ ਕਾਂਡ, ਫਿਰ ਤੁਸੀਂ ਚੁੱਪ ਕਰਕੇ ਕੁਛ ਨਾ ਕਰੋ, SHO ਸਾਹਿਬ ਨੂੰ ਹੀ ਜਾਓ, ਥਾਣੇ ਜਾਓ, SHO ਸਾਹਿਬ ਨੂੰ ਮਿਲੋ, ਤੁਹਾਡਾ ਹੱਲ ਹੋ ਜਾਏਗਾ, ਪੈਸੇ ਨਾ ਪਾਓ। ਕਹਿੰਦੇ ਘਬਰਾਏ ਪਿਆ, ਮੈਂ ਕਿਹਾ ਪੈਸੇ ਨਾ ਪਾਓ, ਇਹ ਫਰੋਡ ਹੈ। ਪਤਾ ਨਹੀਂ ਇਹਨਾਂ ਨੇ ਫਿਰ ਉਸ ਤੋਂ ਬਾਅਦ ਮੈਂ ਕਾਲ ਕੀਤੀ ਹੈ, ਫਿਰ ਮੈਂ ਪਤਾ ਕੀਤਾ ਤਾਂ ਮੁੰਡਾ ਉੱਥੇ ਹੈਗਾ ਸੀਗਾ, ਕਿਉਂਕਿ ਨੰਬਰ ਹੈਂਗ ਜੇ ਹੋ ਜਾਂਦੇ 10-15 ਮਿੰਟ, ਉਹ 10-15 ਮਿੰਟ ਜਦ ਘਬਰਾ ਕੇ ਪੈਸੇ ਪਾ ਦਿੰਦੇ। ਮੇਰੀ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਠਾਣਾ ਮੁਖੀ ਜੀ ਸਾਡੇ SHO ਸਾਹਿਬ ਬਹੁਤ ਵਧੀਆ ਬੰਦੇ ਆ, ਤੁਰੰਤ ਇਹਨਾਂ ਕੋਲ ਜਾਓ, ਔਰ ਆਪਣੇ ਕੋਈ ਵੀ ਇਨਕੇਸ ਤੁਹਾਡੇ ਕੋਲ ਇੱਦਾਂ ਦਾ ਕੋਈ ਵੀ OTP ਨੰਬਰ ਆਉਂਦਾ ਜਾਂ ਤੁਹਾਡੇ ਕੋਲ ਪੈਸੇ ਦੀ ਫਿਰੌਤੀ ਮੰਗਦਾ ਤਾਂ ਦੇਖੋ ਵਧੀਆ ਆਪਣੇ SHO ਸਾਹਿਬ ਹੈ, ਉਹਨਾਂ ਕੋਲ ਜਾਓ, ਤੁਰੰਤ ਤੁਹਾਡਾ ਹੱਲ ਕਰਨਗੇ, ਪੈਸੇ ਨਾ ਪਾਓ। ਮੇਰੀ ਤਾਂ ਸਾਰਾ ਅੱਗੇ ਇਹੀ ਸ਼ਹਿਰ ਵਾਸੀ ਅੱਗੇ ਅਪੀਲ ਹੈ ਜੀ। ਸਵਿਤਾ
ਦੱਸੋ ਕੀ ਕਾਲ ਤੁਹਾਨੂੰ ਆਈ ਸੀ ਕੋਲ? ਹਾਂਜੀ, ਕੀ ਕਿਹਾ ਉਹਨਾਂ ਨੇ? ਉਹ ਕਹਿੰਦੇ ਜੀ ਕਿਹਦਾ ਰਕੇਸ਼ ਕੁਮਾਰ ਦਾ ਘਰ ਆ। ਮੈਂ ਕਿਹਾ ਹਾਂਜੀ, ਮੇਰੀ ਗੱਲ ਕਰਾਓ। ਕਹਿੰਦੇ ਰਕੇਸ਼ ਕੁਮਾਰ ਨਾਲ। ਮੈਂ ਉਹਨਾਂ ਨੂੰ ਗੱਲ ਕਰਾਈ, ਕਹਿੰਦਾ ਜੀ ਤੁਹਾਡੇ ਮੁੰਡੇ ਨੇ ਨਾ ਕੋਈ ਕ੍ਰਿਮੀਨਲ ਬੰਦਾ ਨਾਲ ਬਿਠਾਇਆ ਸੀ ਤੇ ਉਹ ਫੜ ਲਿਆ ਸੀ, ਤਾਂ ਨਾਲ ਤੁਹਾਡਾ ਮੁੰਡਾ ਵੀ ਫੜ ਲਿਆ, ਤੇ ਤੁਸੀਂ ਸਾਨੂੰ ਨਾ ਕਿੱਦਾਂ ਕਰ ਸਕਦੇ, ਪੈਸੇ ਦਿਓ, ਕਿੰਨੇ ਦੇ ਸਕਦੇ ਆ? ਅਸੀਂ ਪਰਚਾ ਕੱਟਣ ਲੱਗੇ ਹਾਂ, ਅਸੀਂ ਬੜੀਆਂ ਮਿੰਨਤਾਂ ਕੀਤੀਆਂ, ਪਰਚਾ ਨਾ ਕੱਟੀ। ਉਹ ਵੀ ਸਾਡਾ, ਅਸੀਂ ਤਾਂ ਬਹੁਤ ਗਰੀਬ ਹਾਂ, ਤੁਸੀਂ ਘਰ ਆ ਕੇ ਦੇਖ ਲਓ। ਅਸੀਂ ਕਹਿੰਦਾ ਤੁਹਾਡੇ ਕੋਲ ਕਿੰਨੇ ਪੈਸੇ ਆ? ਮੈਂ ਕਿਹਾ ਸਾਡੇ ਕੋਲ ਤਾਂ 5,000 ਵੀ ਹੈ ਨਹੀਂ ਇਸ ਟਾਈਮ ਘਰ ਦੇ ਵਿੱਚ ਵੀ। ਤੁਸੀਂ, ਅਸੀਂ ਤੁਹਾਨੂੰ ਆਪਣੀ ਕਾਪੀ ਦੇ ਦਿੰਦੇ, ਤੁਸੀਂ ਆਪੇ ਕਢਾ ਲਓ ਜਿੰਨੇ ਹੈਗੇ ਆ, ਬੇਸ਼ੱਕ ਜਿੰਨੇ ਕਢਾਉਣੇ ਕਢਾ ਲਓ, ਤੁਹਾਨੂੰ ਪਤਾ ਲੱਗ ਜੂ ਕਿੰਨੇ ਪੈਸੇ ਸਾਡੇ ਕੋਲ। ਅਸੀਂ ਬਹੁਤ ਗਰੀਬ ਬੰਦੇ ਹਾਂ, ਅਸੀਂ ਨਹੀਂ ਇੰਨੇ ਹੈਗੇ। ਲੈਂਡ ਲਾਰਡ ਕਹਿੰਦਾ ਜਿੱਥੋਂ ਮਰਜ਼ੀ ਇਕੱਠਾ ਕਰੋ, 15 ਮਿੰਟ ਦੇ ਵਿੱਚ 1,50,000 ਰੁਪਈਆ ਸਾਨੂੰ ਦਿਓ ਇਹਦਾ। ਫਿਰ ਮੈਂ ਕਿਹਾ ਮੇਰੇ ਮੁੰਡੇ ਨਾਲ ਗੱਲ ਕਰਾ ਦਿਉ, ਗੱਲ ਤਾਂ ਦੱਸੋ, ਹੋਇਆ ਕਿ ਕੋਈ ਐਕਸੀਡੈਂਟ ਹੋਇਆ, ਕੋਈ ਕੁੜੀ ਛੇੜੀ, ਉਹਨੇ ਕੀ ਕੀਤਾ, ਮੈਨੂੰ ਦੱਸ ਦਿਓ। ਕਹਿੰਦਾ ਅਸੀਂ ਤੁਹਾਨੂੰ ਹਜੇ ਕੁਛ ਨਹੀਂ ਦੱਸਦੇ, ਅਸੀਂ ਬਾਅਦ 'ਚੋਂ ਗੱਲ ਕਰਾਂਗੇ, ਪਹਿਲਾਂ 1,50,000 ਰੁਪਈਆ ਇਕੱਠਾ ਕਰੋ। ਮੈਂ ਕਿਹਾ ਅਸੀਂ 1,50,000 ਇੱਕਦਮ ਕਿੱਥੋਂ ਇਕੱਠਾ ਕਰੀਏ, ਅਸੀਂ ਤਾਂ ਇੰਨੇ ਉਹ ਹੈਗੇ ਹਾਂ। ਕਹਿੰਦਾ ਨਹੀਂ, 1,50,000 ਤੋਂ ਘੱਟ ਅਸੀਂ, ਤੁਹਾਡੇ ਕੋਲ ਕਿੰਨੇ ਪੈਸੇ ਇਸ ਟਾਈਮ? ਅਸੀਂ ਕਿ ਅਸੀਂ 5,000 ਕਰ ਦਾਂਗੇ, ਇਸ ਤੋਂ ਜ਼ਿਆਦਾ ਅਸੀਂ ਕਿੱਥੋਂ ਕਰਨਾ ਆ? ਕਹਿੰਦਾ 5,000 ਨੇ ਕੁਛ ਨਹੀਂ ਬਣਨਾ, ਤੁਸੀਂ ਸਾਨੂੰ ਜਿੱਥੋਂ ਮਰਜ਼ੀ 15 ਮਿੰਟ ਦੇ ਵਿੱਚ ਸਾਨੂੰ ਪੈਸੇ ਇਕੱਠੇ ਕਰੋ। ਹਾਂਜੀ, ਫੋਨ ਨਹੀਂ ਕਹਿੰਦਾ ਬੰਦ ਕਰਨਾ। ਮੈਂ ਕਿਹਾ ਤੂੰ ਮੇਰੇ ਮੁੰਡੇ ਨਾਲ ਗੱਲ ਕਰਾ। ਫਿਰ ਉਹਨੇ ਗੱਲ ਕਰਾਈ, ਇਹ ਉੱਚੀ ਉੱਚੀ ਰੋਂਦਾ ਪਿਆ ਸੀ, ਕਹਿੰਦਾ ਮੰਮਾ ਮੈਨੂੰ 10 ਸਾਲ ਦੀ ਜੇਲ੍ਹ ਦੇ ਅੰਦਰ ਸੁੱਟਣ ਲੱਗੇ। ਮੈਂ ਕਿਹਾ ਤੂੰ ਕੀ ਕੀਤਾ, ਦੱਸ ਦੇ ਸੀ ਮੈਨੂੰ, ਤੂੰ ਕਿਆ ਕੀਤਾ ਮੈਨੂੰ ਦੱਸ ਦੇ, ਸੱਚ ਸੱਚ ਦੱਸ ਦੇ। ਕਹਿੰਦਾ ਮੰਮੀ ਮੈਂ ਕੁਛ ਨਹੀਂ ਕੀਤਾ, ਫੋਨ ਖੋਲਿਆ ਫਿਰ ਬੰਦ ਕਰ ਦਿਓ, ਫਿਰ ਸਾਨੂੰ ਕਹਿੰਦਾ ਫੋਨ ਨਾ ਬੰਦ ਕਰੀਏ। ਲੱਗਿਆ ਆਵਾਜ਼ ਤੁਹਾਡੇ ਬੇਟੇ ਦੀ? ਹਾਂਜੀ, ਸੇਮ ਆਵਾਜ਼। ਫਿਰ ਮੈਨੂੰ ਕਹਿੰਦਾ ਵੀ ਤੁਸੀਂ ਨਾ ਫੋਨ ਬੰਦ ਨਹੀਂ ਕਰਨਾ, ਜਲਦੀ ਪੈਸੇ ਦਾ ਇੰਤਜ਼ਾਮ ਕਰੋ, 1,50,000 ਰੁਪਈਆ। ਮੈਂ ਬਾਹਰ ਨੱਠੀ ਗਈ, ਬਾਹਰ ਆਪਣੇ ਮੁਹੱਲੇ ਵਾਲਿਆਂ ਨੂੰ ਸਾਰਿਆਂ ਨੂੰ ਦੱਸਿਆ, ਤਾਂ ਮੈਨੂੰ ਕੁਛ ਨਹੀਂ। ਉਸ ਤੋਂ ਬਾਅਦ ਪਤਾ ਡਿੱਗੀ, 2 ਵਾਰ ਡਿੱਗ ਵੀ ਗਈ। ਮੇਰਾ ਬੇਟਾ ਆ ਗਿਆ, ਡਿਊਟੀ ਸੀਗਾ, ਫੇਕ ਫੋਨ ਕੀਤਾ। ਇੱਕ ਇਤਲਾਹ ਮਿਲੀ ਸੀਗੀ ਵੀ ਸ਼ਿਵਮ ਦੇ ਜਿਹੜੀ ਇਹਨਾਂ ਨੇ ਕੋਈ ਕਾਲ ਆਈ ਹੈ ਵੀ ਸ਼ਿਵਮ ਜਿਹੜਾ ਕਿਡਨੈਪ ਕੀਤਾ ਹੋਇਆ ਅਤੇ ਵੀ ਸਾਨੂੰ ਫਰੋਤੀ ਦੇ ਤੌਰ 'ਤੇ ਪੈਸੇ ਮੰਗ ਰਹੇ ਸੀਗੇ। ਮੌਕੇ 'ਤੇ ਆਏ ਆ ਜਿਹੜਾ ਸ਼ਿਵਮ, ਜਿਹੜਾ ਆਪਣੇ ਦਫ਼ਤਰ ਗਿਆ ਹੋਇਆ ਸੀਗਾ, ਉਹ ਬਾਹਰ ਦੀ ਕਾਲ ਸੀਗੀ। ਇਹਨਾਂ ਨੇ ਕੋਈ ਪੈਸੇ ਦਾ ਜਿਹੜਾ ਸੀਗਾ ਉਹਨਾਂ 'ਤੇ ਪਾਉਣੇ ਚਾਹੁੰਦੇ ਸੀਗੇ, ਪਰ ਇਹਨਾਂ ਨੂੰ ਅਵੇਅਰਨੈਸ ਕਰਕੇ ਜਿਹੜੇ ਆ ਉਹ ਪੈਸੇ ਇਹਨਾਂ 'ਤੇ ਬਚਾਏ ਗਏ, ਜਿਹੜੀ ਫਰੋਡ ਹੋ ਰਹੇ ਨੇ ਔਨਲਾਈਨ ਉਹ ਤੋਂ ਬਚਾ ਕੀਤਾ ਗਿਆ। ਸਰ ਕੀ ਤੁਸੀਂ ਲੋਕਾਂ ਨੂੰ ਫੀਲ ਕਰਦੇ ਹੋ? ਲੋਕਾਂ ਨੂੰ ਇਹੀ ਹੈ ਵੀ ਜਿਹੜੇ ਇੱਦਾਂ ਦੀਆਂ ਕਾਲ ਆਉਂਦੀਆਂ ਆ, ਜਿਹੜੀ ਵੀ ਕਿਸੇ ਨੂੰ OTP ਨੰਬਰ ਨਾ ਦਿਓ, ਅਤੇ ਜਿਹੜੇ ਇਸ ਗੱਲ ਤੋਂ ਆਪਣਾ ਜਿਹੜਾ ਅਕਾਊਂਟ ਜਦੋਂ ਕੋਈ ਗੱਲਬਾਤ ਆਉਂਦੀ ਹੈ ਇੱਦਾਂ ਦੇ ਸਾਹਮਣੇ, ਤਾਂ ਉਹ ਤੋਂ ਜਿਹੜੀ ਹੈ ਬਚਾ ਕਰਿਆ ਜਾਵੇ ਆਪਣਾ ਜਿਹੜਾ ਅਕਾਊਂਟ, ਕਿਸੇ ਨੂੰ ਵੀ ਕੋਈ ਵੀ ਆਪਣੀ ਇਨਫੋਰਮੇਸ਼ਨ ਨਾ ਦਿੱਤੀ ਜਾਵੇ। ਸਰ ਮੁੰਡਾ ਸੁਰੱਖਿਅਤ ਹੈ? ਮੁੰਡਾ ਸੁਰੱਖਿਅਤ ਘਰ ਪਹੁੰਚ ਗਿਆ, ਉਹਨਾਂ ਦੇ ਹਵਾਲੇ ਕਰ।